Genau, Sultan Hussein, Sir. ਇਸ ਮੁਹੱਬਤ ਵਾਲੀ ਪਿਆਰੀ ਅਤੇ ਮਿੱਠੀ ਜ਼ਬਾਨ ਦੇ ਮਿੱਠੇ ਲੋਕੋ ਤੁਸਾਂ ਸਾਰਿਆਂ ਨੂੰ ਮੇਰਾ ਸਲਾਮ। ਸਭ ਤੋਂ ਪਹਿਲੇ ਤਾਂ ਮੈਂ ਸ਼ੁਕਰੀਆ ਅਦਾ ਕਰ ਸਕਦਾ ਜਨਾਬ ਸਾਬਰ ਹੁਸੈਨ ਅੰਦਾਜ਼ ਸਾਹਿਬ ਦਾ ਅਤੇ ਜਨਾਬ ਜ਼ਿਆਉਦੀਨ ਸਾਹਿਬ ਦਾ, ਜਿਨ੍ਹਾਂ ਦੀ ਮਿਹਰਬਾਨੀ ਅਤੇ ਉਹਨਾਂ ਦੀ ਕਰਮ ਫਰਮਾਈ ਦਾ ਨਤੀਜਾ ਹੈ ਉਹਨਾਂ ਨੇ ਖਸੂਸੀ ਤੌਰ 'ਤੇ ਬੁਲਾਇਆ ਇਸਲਾਮਾਬਾਦ 'ਚੋਂ। ਅਤੇ ਬਸ ਕਾਨਫਰੰਸ ਦੇ ਵਾਸਤੇ ਜਿਹੜਾ ਕੁਛ ਇਹਨਾਂ ਨੇ ਕੀਤਾ ਹੈ, ਜਿਹੜਾ ਕੁਛ ਇਹਨਾਂ ਦੀ ਮਿਹਨਤ ਹੈ, ਉਹ 'ਤੇ ਸਾਰੀ ਨਜ਼ਰ ਆ ਵੀ ਰਹੀ ਹੈ। ਔਰ ਇਸ ਵਕਤ ਤੱਕ ਸਕਾਰਾਂ ਨੇ ਔਰ ਦਾਨਸ਼ਵਰਾਂ ਨੇ ਬਹੁਤ ਕੁਛ ਇਹਦੇ 'ਤੇ ਕਹਿਤਾ, ਸਾਡੇ ਕਹਿਣ ਦੀ ਗੁੰਜਾਇਸ਼ ਤਾਂ ਕੋਈ ਨਹੀਂ ਹੈਗੀ ਇਸ ਦੇ ਵਿੱਚ। ਲੇਕਿਨ ਇਹ ਹੈ ਕਿ ਉਸਦੇ ਬਾਵਜੂਦ ਮੈਂ ਜਿਹੜਾ ਕੁਛ ਸੋਚ ਕੇ ਉੱਥੇ ਚੱਲਿਆ ਸਾਂ ਇਸਲਾਮਾਬਾਦ 'ਚੋਂ, ਮੈਂ ਸੋਚਿਆ ਕਿ ਸੀ ਕਿ ਜਿਸ ਤਰ੍ਹਾਂ ਉੱਥੇ ਬਾਜ਼ੂਕਾ ਤਾਂ ਉੱਥੇ ਛੋਟੇ ਵੱਡੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ, ਇਸ ਤਰ੍ਹਾਂ ਦਾ ਕੋਈ ਨਾਰਮਲ ਚਲੋ ਕਾਨਫਰੰਸ ਹੋਏਗੀ, ਜਾ ਕੇ ਅਟੈਂਡ ਕਰਾਂਗੇ ਅਤੇ ਬਸ ਆਪਣਾ ਵਾਪਸ ਆ ਜਾਵਾਂਗੇ। ਲੇਕਿਨ ਇੱਥੇ ਆ ਕੇ ਜਨਾਬ ਅਲੀ ਜਿਸ ਵੇਲੇ ਵੇਖਿਆ, ਅਤੇ ਮੈਂ ਸਮਝਦਾ ਕਿ ਇਹ ਮੇਰੀ ਸੋਚ ਸ਼ੌਰ ਫਹਿਮੋ ਅਦਰਾਕ ਕੈਫੀਅਤ ਅਸਰਾਤ ਹਾਲਾਤ ਵਾਕਿਆ ਤੋਂ ਵੀ ਕੰਮ ਉੱਤੇ ਪਹੁੰਚ ਗਿਆ। ਅਤੇ ਮੈਂ ਇਹਨਾਂ ਨੂੰ ਮੁੰਤਜ਼ਮੀਨ ਨੂੰ ਮੁਬਾਰਕਬਾਦ ਪੇਸ਼ ਕਰਨਾ ਆਇਆ ਸੀ ਅਤੇ ਮੁਖਤਸਰ ਅਲਫਾਜ਼ ਵਿੱਚ ਆਪਣੇ ਚੰਦ ਅਲਫਾਜ਼ ਪੇਸ਼ ਕਰਾਂਗਾ ਇਨਸ਼ਾਅੱਲਾ। ਮੇਰੀ ਗੱਲਬਾਤ ਦੇ ਵਿੱਚ ਸਰਾਇਕੀ ਦਾ ਰੰਗ ਤਾਂ ਨੁਮਾਇਆ ਹੈ ਅਤੇ ਮੈਂ ਉਮੀਦ ਕਰ ਸਕਾਂ ਕਿ ਤੁਸੀਂ ਇਸ ਕਮੀ ਬੇਸ਼ੀ ਨੂੰ ਜ਼ਰਾ ਨਜ਼ਰਅੰਦਾਜ਼ ਕਰ ਸਕੋ। ਵੈਸੇ ਤਾਂ ਹਿੰਦ ਕੋ ਹੁਣ ਨਾ ਸਿਰਫ ਬਰੇ ਸਗੀਰ ਪਾਕ ਹੋਏ ਵਿੱਚ ਬਲਕਿ ਦੁਨੀਆਂ ਦੇ ਕਈ ਖਿੱਤਿਆਂ 'ਚ ਬੋਲੀ ਜਾ ਰਹੀ ਹੈ ਅਤੇ ਇਸ ਦੇ ਬੋਲਣੇ ਔਰ ਸਮਝਣੇ ਵਾਲਿਆਂ ਦਾ ਵਾਧਾ ਵੀ ਹੋ ਰਿਹਾ ਜੀ। ਇਲਾਕਾ ਪੋਠਵਾਰ ਵਿੱਚ ਜਿਸ ਤਰ੍ਹਾਂ ਹਿੰਦ ਤੋਂ ਰੱਚੀ ਵਸੀ ਹੋਈ ਹੈ ਔਰ ਜਿਸ ਤੇਜ਼ ਰਫਤਾਰੀ ਨਾਲ ਮਕਬੂਲ ਹੋ ਰਹੀ ਹੈ, ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਜ਼ਮਾਨ ਦਾ ਖਿੱਤਾ ਪਟਵਾਰ ਵਿੱਚ ਬੜਾ ਪੁਰ ਉਮੀਦ ਅਤੇ ਸ਼ਾਨਦਾਰ ਮੁਸਤਕਬਲ। ਅਤੇ ਇਸ ਇਲਾਕੇ 'ਚ ਹਿੰਦਕੋ ਦੀ ਤਾਰੀਖ ਔਰ ਇਸ ਵਿੱਚ ਇਲਮੀ ਅਦਬੀ ਸਕਾਫਤੀ ਅਤੇ ਦੀਨੀ ਕੰਮ ਕਰਨ ਵਾਲਿਆਂ ਦੇ ਮੁਕੰਮਲ ਤਫਸੀਲ ਅਤੇ ਆਦਾਦ ਓ ਸ਼ੁਮਾਰ ਦੀ ਤਫਸੀਲ ਬਿਆਨ ਕਰਨ ਵਾਸਤੇ ਇੱਕ ਲੰਬਾ ਸਫ਼ਰ ਤੈਅ ਕਰਨਾ ਪੈਸੀ ਅਤੇ ਨਾਲੇ ਇਹ ਸਾਰੀਆਂ ਚੀਜ਼ਾਂ 'ਤੇ ਕਈ ਹਜ਼ਾਰ ਵਰ੍ਹੇ ਪਿੱਛੇ ਦੀ ਤਾਰੀਖ ਹਿੰਦਕੋ ਉੱਪਰ ਲਿਖੀਆਂ ਕਿਤਾਬਾਂ ਅੰਦਰ ਮੌਜੂਦ ਹੈ। ਮੇਰੇ ਸਾਹਮਣੇ ਇਸ ਜ਼ਬਾਨ ਦੇ ਆਲਮੀ ਸਤਹ ਦੇ ਮਾਹਰੀਨ ਅਦੀਬ ਸ਼ਾਇਰ ਅਤੇ ਸਕਾਲਰ ਮੌਜੂਦ ਹਨ ਅਤੇ ਇਹਨਾਂ ਦੇ ਸਾਹਮਣੇ ਮੇਰੇ ਜਿਹੇ ਨਿੱਕੇ ਬੰਦੇ ਦੀ ਗੱਲ ਸੂਰਜ ਨੂੰ ਚਿਰਾਗ ਉਠਾਉਣ ਦੇ ਮੁਤਰਾਦੇ ਹੈਗੇ। ਬਸ ਮੁਕਤਸਰ ਜੀ ਇੱਕ ਦੋ ਗੱਲਾਂ ਕਰ ਸਕਾਂਗੇ। ਹਿੰਦਕੋ ਵੈਸੇ ਤਾਂ ਇਸ ਖਿੱਤੇ ਜਾਣੀ ਪਛਾਣੀ ਅਤੇ ਕਦੀਮੀ ਜ਼ਬਾਨ ਹੈ ਔਰ ਇਹਦੇ ਨਾਲ ਬੜੀਆਂ ਅਜ਼ੀਮ ਕਦਰਾਂ ਅਤੇ ਰਵਾਇਤਾਂ ਮੌਜੂਦ ਰਹੀਆਂ। ਬੜੇ ਅੱਜ ਦੇ ਦੌਰ 'ਚ ਇਸ ਉੱਤੇ ਜਿਤਨਾ ਤਹਿਕੀਕੀ ਅਤੇ ਅੱਜ ਵੀ ਕੰਮ ਹੋ ਰਿਹਾ ਹੈ, ਇਹ ਹਿੰਦਕੋ ਦੇ ਮੁਸਤਕਬਲ ਨੂੰ ਜ਼ਰੂਰ ਰੋਸ਼ਨ ਕਰ ਸੀ। ਬੜੀਆਂ ਬੜੀਆਂ ਕਾਦਾਵਰ ਸ਼ਖਸੀਅਤਾਂ ਅਤੇ ਬੜੇ ਬੜੇ ਕਮਾਲ ਫਨ ਲੋਕ ਹਿੰਦਕੋ ਦੇ ਵਾਧੇ ਤਰੱਕੀ ਵਾਸਤੇ ਗਰਾਂ ਕਿੱਧਰ ਖਦਮਾਤ ਸਨ ਅੰਜਾਮ ਦਿੰਦੇ ਪਏ ਨੇ ਅਤੇ ਅੱਜ ਇਸ ਜਗ੍ਹਾ 'ਤੇ ਵੀ ਮੁਲਕ ਦੇ ਬੜੇ ਨਾਮਵਰ ਅਤੇ ਕਾਦਰੁਲ ਕਲਾਮ ਦਾਨਿਸ਼ਵਰ ਮੌਜੂਦ ਨੇ। ਪੋਠਵਾਰ ਦਾ ਇਲਾਕਾ ਬੜਾ ਮਰਦਮ ਖੇਜ਼ ਇਲਾਕਾ ਹੈ ਅਤੇ ਹੁਣ ਇਸ ਇਲਾਕੇ ਦੇ ਲੋਕ ਆਪਣੀ ਮਾਂ ਦੀ ਬੋਲੀ ਦੇ ਵਾਧੇ ਵਾਸਤੇ ਇਤਨਾ ਕੁਝ ਕਰ ਰਹੇ ਹਨ ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਇਸ ਤੋਂ ਮਾਲੂਮ ਹੁੰਦਾ ਕਿ ਇਸ ਇਲਾਕੇ ਦੇ ਲੋਕ ਹੁਣ ਜਾਗ ਪਏ ਹਨ। ਨਾਲੇ ਗੰਦਾਰਾ ਹਿੰਦਕੋ ਬੋਰਡ 'ਤੇ ਨੇ ਅਤੇ ਕਮਾਲ ਹੀ ਕਰਤਾ ਕਿਉਂਕਿ ਇੱਕ ਥੋੜ੍ਹੇ ਅਰਸੇ ਦੇ ਰਾਤ ਦਿਨ ਮਿਹਨਤ ਕਰਕੇ ਹਿੰਦਕੋ ਜ਼ਬਾਨ 'ਤੇ ਪਹਿਲੀ ਆਲਮੀ ਕਾਨਫਰੰਸ ਮੁਨਕਦ ਕਰਕੇ ਇਸ ਦੇ ਮੁਸਤਕਬਲ ਨੂੰ ਨਾ ਸਿਰਫ ਮਹਿਫੂਜ਼ ਕਰਤਾ ਬਲਕਿ ਇਸ ਕੁਰਾ ਅਰਜ਼ 'ਤੇ ਹਿੰਦਕੋ ਜ਼ਬਾਨ ਦੇ ਇਨਕਲਾਬ ਦੀ ਬੁਨਿਆਦ ਰੱਖ ਦਿੱਤੀ। ਇਹ ਗੰਦਾਰਾ ਹਿੰਦਕੋ ਬੋਰਡ ਦਾ ਇਜਾਜ਼ ਅਤੇ ਏਜ਼ਾਜ਼ ਹੈ ਜਿਸ ਨੇ ਹਿੰਦਕੋ ਆਲਮੀ ਕਾਨਫਰੰਸ ਦੇ ਪਲੇਟਫਾਰਮ 'ਤੇ ਹਿੰਦਕੋ ਸਰਾਇਕੀ ਸਿੰਧੀ ਪੰਜਾਬੀ ਅਤੇ ਪਸ਼ਤੋ ਬਿਰਾਵਾਂ ਨੂੰ ਇਕੱਠਾ ਕਰਤਾ। ਇਹ ਬਾਤ ਅਸਮ ਬਿਹਬਲਾ ਹੀ ਜਮੀਅਮ ਵਾਲਾ ਤਫਰਕੂ ਦੀ ਜ਼ਿੰਦਾ ਮਿਸਾਲ ਹੈ। ਇਹ ਸਾਰੇ ਮੰਜ਼ਰ ਨੂੰ ਵੇਖ ਕੇ ਅੱਲਾਹ ਤਾਲਾ ਦੀ ਅਜ਼ਮਤ ਬੁਲੰਦੀ ਅਤੇ ਕਿਬਰਿਆਈ ਦਾ ਅੰਦਾਜ਼ਾ ਹੁੰਦਾ ਹੈ ਕਿ ਬੰਦਾ ਹਮੇਸ਼ਾ ਕਮਜ਼ੋਰੀ ਅਤੇ ਕੋਤਾਹੀ ਵਾਲੇ ਚੱਲਦਾ ਹੈ ਪਰ ਇਸ ਦੀ ਜ਼ਾਤ ਮੁਬਾਰਕ ਆਪਣੀ ਰਹਿਮਤ ਦੇ ਮਾਗਫਰਤ ਦੇ ਨਾਲ ਇਸ ਨੂੰ ਨਵਾਜ਼ ਦਿੰਦੀ ਨਵਾਜ਼ਦੀ ਰਹਿੰਦੀ ਹੈ। ਇਸਿਆਂ ਸੇ ਕਭੀ ਹਮਨੇ ਕਿਨਾਰਾ ਨਾ ਕੀਆ, ਇਸਿਆਂ ਸੇ ਕਭੀ ਹਮਨੇ ਕਿਨਾਰਾ ਨਾ ਕੀਆ ਪਰ ਤੂੰ ਨੇ ਅੱਲਾਹ ਕੀ ਤਰਫ ਹੈ, ਪਰ ਤੂੰ ਨੇ ਦਿਲ ਆਜ਼ਰਦਾ ਹਮਾਰਾ ਨਾ ਕੀਆ, ਹਮਨੇ ਤੋ ਜਹੰਨਮ ਕੀ ਬਹੁਤ ਕੀ ਤਦਬੀਰ, ਲੇਕਿਨ ਤੇਰੀ ਰਹਿਮਤ ਨੇ ਗਵਾਰਾ ਨਾ ਕੀਆ। ਇਸ ਜ਼ਬਾਨ ਦੇ ਨਾਲ ਅੱਲਾਹ ਤਾਲਾ ਦੀ ਖਾਸ ਮਿਹਰਬਾਨੀ ਹੈ। ਇਸ ਜ਼ਬਾਨ
ਇਤਨੀ ਮਿੱਠੀ ਤੇ ਪਿਆਰੀ ਹੈ ਕਿ ਜਿਸ ਵੇਲੇ ਬੰਦਾ ਗੱਲ ਕਰਦਾ ਹੈ ਤਾਂ ਇੰਝ ਲੱਗਦਾ ਹੈ ਕਿ ਇਸ ਦੇ ਮੂੰਹ ਵਿੱਚੋਂ ਫੁੱਲ ਜੜਨੇ ਨੇ ਜੜ ਰਹੇ ਨੇ ਤੇ ਇਸ ਜ਼ਬਾਨ ਦੇ ਅੰਦਰ ਪਿਆਰ ਮੁਹੱਬਤ ਅਮਨ ਤੇ ਦੋਸਤੀ ਦੀ ਚਾਸ਼ਨੀ ਤੇ ਖੁਸ਼ਬੂ ਰਚੀ ਵਸੀ ਹੋਈ ਹੈ ਹਿੰਦਕੋ ਤੇ ਪਠਵਾਰ ਆਪਸ ਵਿੱਚ ਇੱਕ ਦੂਜੇ ਦੇ ਅੰਦਰ ਇੱਕ ਨੇ ਤੇ ਜਿਸ ਜ਼ਬਾਨ ਦੀ ਆਪਣੀ ਜ਼ਮੀਨ ਆਪਣੀ ਤਹਿਜ਼ੀਬ ਤੇ ਆਪਣੀ ਸਕਾਫਤ ਹੋਵੇ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਅੱਲਾ ਕਰੇ ਹਿੰਦਕੋ ਜ਼ਬਾਨ ਦੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਜਾਰੀ ਰਹੇ ਤੇ ਹਿੰਦਕੋ ਬੋਲਣ ਵਾਲਿਆਂ ਨੂੰ ਹਮੇਸ਼ਾ ਕਾਮਯਾਬੀ ਨਸੀਬ ਹੋਵੇ ਆਮੀਨ ਤੇ ਕਹਿਣਾ ਤਾਂ ਦਿਲ ਵਿੱਚ ਗੱਲਾਂ ਤਾਂ ਬਹੁਤ ਸਾਰੀਆਂ ਆਉਂਦੀਆਂ ਨੇ ਲੇਕਿਨ ਇਹ ਹੈ ਕਿ ਮੈਂ ਤਾਂ ਇੱਕ ਤਾਲਬ ਇਲਮ ਕੀ ਹੈਸੀਅਤ ਸੇ ਮੇਰੇ ਸਾਹਮਣੇ ਬਹੁਤ ਬੜੇ ਦਾਨਿਸ਼ਵਰ ਲੋਕ ਤਸ਼ਰੀਫ ਰੱਖਤੇ ਹੈ ਤੋ ਮੈਂ ਯਹੀ ਸਮਝਤਾ ਹੂੰ ਕਿ ਜੋ ਜਿਤਨੀਆਂ ਦੁਨੀਆ ਦੇ ਅੰਦਰ ਇਸ ਵਕਤ ਅੱਛੀ ਅੱਛੀ ਬਾਤੇ ਹਿੰਦਕੋ ਵਕਤ ਕੇ ਬਾਰੇ ਮੈਂ ਹੋ ਸਕਤੀ ਹੈ ਮੇਰੀ ਤਰਫ ਸੇ ਹਿੰਦਕੋ ਬੋਰਡ ਵਾਲੇ ਉਨ ਸਭ ਬਾਤੋਂ ਕੋ ਉਸਕੇ ਹੱਕ ਮੇਂ ਸਮਝ ਲੂੰ ਵਸਲਾਮ ਅਲੈਕੁਮ ਵਰਹਮਤੁਲਾਹ